ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਜੀ ਕਿੱਦਾਂ, ਤੁਸੀਂ ਸਾਰੇ ਠੀਕ ਹੋ? ਤੇ ਅੱਜ ਅਸੀਂ ਦਿਨ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਜੀ। ਤੇ ਅੱਜ ਦਾ ਦਿਨ ਸਾਡਾ ਜਿਹੜਾ ਹੈ, ਅੱਜ ਨਵਰਾਤੇ ਸ਼ੁਰੂ ਹੋ ਚੁੱਕੇ ਹੈ। ਅੱਜ ਪਹਿਲਾ ਦਿਨ ਹੈ ਨਵਰਾਤਿਆਂ ਦਾ, ਤੇ ਦੁਸਹਿਰੇ ਤੋਂ 9 ਦਿਨ ਪਹਿਲੇ ਨਵਰਾਤੇ ਜਿਹੜੇ ਰੱਖੇ ਜਾਂਦੇ ਹੈ। ਤੇ ਨਵਰਾਤਿਆਂ ਦੇ ਦਿਹਾੜਿਆਂ ਤੇ ਹੀ ਮਹਾਰਾਜ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਚਲਾਈ ਮਰਿਆਦਾ ਸ਼ਸਤਰ ਪੂਜਾ ਜੀ ਕੇ ਪਾਠ, ਸ਼ਸਤਰ ਪੂਜਾ ਤਾਂ ਤੇ ਮਨਾਈ ਜਾਂਦੀ ਹੈ, ਤੇ ਆਪਣੇ ਵੱਲੋਂ ਦਿੱਲੀ ਵਿੱਚ ਵੀ ਸਿੰਘਾਂ ਵੱਲੋਂ ਬਣਾਈ ਜਾਂਦੀ ਹੈ, ਸ਼ਸਤਰ ਪੂਜਾ ਕੀਤੀ ਜਾਂਦੀ ਹੈ। ਸ਼ਸਤਰ ਪੂਜਾ ਦੇ ਅੰਦਰ ਆਪਾਂ ਜਿਹੜੇ ਵੀ ਘਰ 'ਚ ਸ਼ਸਤਰ ਹੁੰਦੇ ਆ, ਅਸੀਂ ਉਹਨਾਂ ਨੂੰ ਕੱਢ ਕੇ ਸਫਾਈ ਕਰਕੇ ਉਹਨਾਂ ਨੂੰ ਸੋਧ ਕੇ ਵਧੀਆ ਸੋਹਣਾ ਸੋਹਣਾ ਸਜਾ ਕੇ ਸਾਫ਼ ਕਰਕੇ ਪ੍ਰਕਾਸ਼ ਕਰਦੇ ਹਾਂ। ਤੇ ਪ੍ਰਕਾਸ਼ ਕਰਨ ਤੋਂ ਬਾਅਦ ਜਿਹੜੀ ਮਹਾਰਾਜ ਕੀ ਬਾਣੀ, ਜਿਹੜਾ ਇੱਕ ਗ੍ਰੰਥ ਹੈ ਦੁਸਹਿਰਾ ਮਹੱਤਮ ਦਾ ਗ੍ਰੰਥ, ਤੇ ਅਸੀਂ ਉਹ ਗ੍ਰੰਥ ਜਿਹੜਾ ਹੈ ਉਹ ਬਾਣੀ ਹੈ ਜਿਹੜੀ ਪੜ੍ਹਦੇ ਹਾਂ। ਜੁਦਮਹੀ ਬਾਣੀਆਂ ਨੇ ਜਿਹੜੀਆਂ ਮਹਾਰਾਜ ਕੀ, ਜਿਹੜੀ ਮਹਾਰਾਜ ਜੀ ਨੇ ਚੰਡੀ ਦੀ ਵਾਰ ਹਨਾ, ਰਾਮਾ ਅਵਤਾਰ, ਮਹਾਰਾਜ ਜੀ ਨੇ ਹੋਰ ਕਾਫੀ ਬਾਣੀਆਂ ਜਿਹੜੀਆਂ ਨੇ, ਜੁਦਮਹੀ ਬਾਣੀ, ਕਸਮ ਮਹਾਰਾਜ ਕੀ ਬਾਣੀ ਜਿਹੜੀ ਹੈ ਉਹ ਮਹਾਰਾਜ ਜੀ ਨੇ ਉਚਾਰੀ ਹੈ। ਤੇ ਉਹ ਸਿੰਘ ਦਿੱਲੀ ਵਿੱਚ ਜਿਹੜੀ ਆ ਪੜ੍ਹਨਗੇ ਸਿੰਘ ਵੱਖਰੀ ਵੱਖਰੀ ਥਾਵਾਂ ਤੇ, ਮਤਲਬ ਵੱਖਰੇ ਵੱਖਰੇ ਪੜਾਵਾਂ ਤੇ ਅਸੀਂ ਤੁਹਾਨੂੰ 10 ਦਿਨ ਲੈ ਕੇ ਜਾਵਾਂਗੇ। ਤੇ 10 ਦਿਨ ਚ ਤੁਹਾਨੂੰ ਆਪਾਂ ਦਰਬਾਰ ਸ਼ਸਤਰਾਂ ਦੇ ਦਰਸ਼ਨ ਕਰਾਵਾਂਗੇ, ਗੁਰੂ ਮਹਾਰਾਜ ਕੇ ਸਿੰਘਾਂ ਦੇ ਦਰਸ਼ਨ ਕਰਾਵਾਂਗੇ ਤੁਹਾਨੂੰ, ਠੀਕ ਹੈ ਜੀ। ਤੇ ਅੱਜ ਪਹਿਲਾ ਦਿਨ ਹੈ ਤੇ ਅੱਜ ਪਹਿਲੇ ਦਿਨ ਦੀ ਸ਼ੁਰੂਆਤ ਹੈ। ਹਾਂਜੀ, ਮੈਂ ਪਹੁੰਚ ਗਿਆ ਜੀ ਹੁਣ ਤਿਲਕ ਨਗਰ ਗੁਰਦੁਆਰਾ ਸਾਹਿਬ, ਜਿੱਥੇ ਦਿੱਲੀ ਦੀ ਫੌਜਾਂ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀ ਦਿੱਲੀ ਦੀ ਫੌਜ ਜਿਹੜੀ ਹੈ, ਤੇ ਉਹਨਾਂ ਨੇ ਜਿਹੜੇ ਦੁਸਹਿਰੇ ਮਹੱਤਮ ਸ਼ਸਤਰ ਪੂਜਾ ਦੇ ਸਮਾਗਮ ਰੱਖੇ ਆ। ਤਿਲਕ ਨਗਰ ਗੁਰੂ ਨਾਨਕਪੁਰਾ ਹੈਗਾ, ਫਤਿਹ ਨਗਰ ਗੁਰਦੁਆਰੇ ਦੇ ਬਿਲਕੁਲ ਸਾਹਮਣੇ ਰੋਡ 'ਤੇ ਗਲੀ ਵਿੱਚ। ਅਤੇ ਆਪਾਂ ਹੁਣ ਬਾਈਕ ਵੀਕ ਲਾਤੀ ਆ, 1 ਘੰਟਾ ਲੱਗ ਗਿਆ ਮੈਨੂੰ ਆਉਂਦੇ ਹੋਏ ਜਮੁਨਾ ਪਾਰ ਤੋਂ, ਅਤੇ ਹੁਣ ਅਸੀਂ ਅੰਦਰ ਚੱਲਦੇ ਹਾਂ ਅਤੇ ਅੰਦਰ ਤਿਆਰੀਆਂ ਚੱਲ ਰਹੀਆਂ ਹੋਣਗੀਆਂ। ਤੇਗ ਬਹਾਦਰ ਸਿੰਘ ਕਰ ਨਾਮ ਨੇ ਦੇ ਨਾਮ ਧਾਰੇ ਸਭ ਬਾਣੀ ਹੋਏ ਸਮਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਓਮਕਾਰ ਸਤਿਗੁਰ ਪ੍ਰਸਾਦ ਜਾਪ ਸ੍ਰੀ ਮੁਖਵਾਰ ਪ੍ਰਕਾਸ਼ ਜਾਹੀ ਦਸਵੀਂ ਛਣਾ ਸ਼ਾਂਤ ਅੰਦਰ ਪ੍ਰਸਾਦ ਚਕਰ ਚੈਨਰ ਵਰਨ ਜਾਤ ਹਰ ਪਾਤ ਨਹਿ ਨਿਜ ਹੈ ਰੂਪ ਰੰਗ ਹਰ ਰੇਕ ਵੇਕ ਕੋ ਕਹਿ ਨਾ ਸਕਤ ਹੈ ਜੀ। ਸੇਵਾ ਹੋ ਰਹੀ ਹੈ ਜੀ, ਦੇਖੋ ਸ਼ਸਤਰਾਂ ਦੀ, ਅਤੇ ਆ ਬਰਛੇ ਜਿਹੜੇ ਆ ਉਹ ਸਾਫ਼ ਕੀਤੇ ਜਾ ਰਹੇ ਰੇਤੇ ਦੇ ਨਾਲ। ਸਰਵਲੋ ਦੇ ਜਿੰਨੇ ਵੀ ਸ਼ਸਤਰ, ਜਿੰਨੇ ਵੀ ਭਾਂਡੇ ਹੁੰਦੇ ਆ, ਅਤੇ ਉਹਨਾਂ ਦੀ ਸੇਵਾ ਜਿਹੜੀ ਹੈ ਉਹ ਸਰਵਲੋ ਦੇ ਨਾਲ ਹੁੰਦੀ ਹੈ। ਅਤੇ ਆ ਫੌਜਾਂ ਜਿਹੜੀਆਂ ਛੋਟੀਆਂ ਛੋਟੀਆਂ ਸੇਵਾ ਕਰੀ ਜਾਂਦੀ ਹੈ ਅਤੇ ਗੱਲਾਂ ਵੀ ਕਰੀ ਜਾਂਦੀ ਹੈ ਨਾਲ ਦੇ ਨਾਲ ਹੀ। ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ। ਕਟਾਰੀ ਕੜਾ ਕਰ ਕਟਾਰੀ ਕੜਾ ਕਰ ਕਟਾਰੀ ਕੜਾ ਕਰ ਕਟਾਰੀ ਕੜਾ ਕਰ
ਗੱਜ ਕੇ ਜਗਾਰੇ ਕੇ ਜਾਵੇ ਨਿਹਾਲ ਹੋ ਜਾਵੇ ਮਾਤਾ ਸਾਹਿਬ ਦੇਵਾ ਜੀ ਦੇ ਲੋਹ ਲੰਗਣਾ ਨੂੰ ਭਾਵੇ ਸਤਿ ਸ੍ਰੀ ਅਕਾਲ। ਆ ਜੀ ਦੇਗ ਬਣਨ ਦੀ ਤਿਆਰੀ ਹੋ ਰਹੀ ਆ, ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਹੋਏਗੀ ਹੁਣ। ਇੱਥੇ ਅਸੀਂ ਫਿਰ ਲੰਗਰ ਦੀ ਵੀ ਤਿਆਰੀ ਨਾਲ ਦੇ ਨਾਲ ਹੀ ਚੱਲਦੀ ਪਈ ਹੈ ਜੀ। ਹੋਰ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੋਰ ਜੀ ਵਧੀਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਅਕਾਲ ਸ਼ਿਵਰਾਤਰੀ ਦੇ ਪਕੌੜੇ ਖਾ ਲੈਂਦੇ ਨਾ ਤੇ ਕਮਲੇ ਹੋ ਜਾਂਦੇ ਤੇ ਉਹ ਫਿਰ ਦੇਗ ਦੀ ਨਿੰਦਾ ਕਰਦੇ। ਉਹ ਬਚਨ ਲਿਖਿਆ ਨਾ, ਸ਼ਿਵ ਸੰਭ ਕਹੇ ਸਨ ਪਾਰਵਤੀ ਵਿਧੀਆ ਨਾ ਲਈ ਗਵਾਰਨ ਕੋ। ਸ਼ਿਵ ਜੀ ਮਹਾਰਾਜ ਕਹਿੰਦੇ ਵੀ ਪਾਰਵਤੀ ਇਹ ਜਿਹੜੀ ਨਾ ਭੰਗ ਹੈ ਨਾ ਇਹ ਮੂਰਖਾਨਾ ਦੇ। ਕਹਿੰਦੀ ਮੂਰਖ ਪੀਵੇ ਹਾਸੀ ਕਰੇ, ਹੱਸੀ ਜਾਣਗੇ ਦੰਦ ਕੱਟੀ ਜਾਣਗੇ। ਉਸੀ ਮੂਰਖ ਪੀਵੇ ਹਾਸੀ ਕਰੇ ਤੇ ਖਾ ਕੇ ਅਨਡ ਕਾਰਨ ਕੋ। ਸੱਤ ਸੱਤ ਅੱਠ ਰੋਟੀਆਂ ਖਾ ਕੇ ਬੜੇ ਚੌੜੇ ਵੇ ਬੜੇ ਪਛਾਦੇ ਛੱਕ ਲਏ ਸੀ, ਬੜੀ ਵੱਡੀ ਕਮਾਈ ਕਰ ਲਈ। ਖਾ ਕੇ ਅਨਡ ਕਾਰਨ ਕੋ। ਕਹਿੰਦੇ ਜੋਗੀ ਪੀਵੇ ਨਾਮ ਜਪੇ, ਗੁਰਮੁਖ ਕੋਈ ਨਾਮ ਜਪੇਗਾ ਦੇਖ ਛਾ ਕੇ। ਜੋਗੀ ਪੀਵੇ ਨਾਮ ਜਪੇ ਸੁਨਵੇ ਧਿਆਨ ਟਕਾਵਣ ਕੋ। ਉਹ ਸਫਰ ਅਵਸਥਾ ਜਿੱਥੇ ਉਹਦੇ 'ਚ ਆਪਣਾ ਧਿਆਨ ਲਾਏਗਾ ਨਾਮ ਜਪੇਗਾ। ਤੇ ਕਹਿੰਦੇ ਜੋਧਾ ਪੀਵੇ ਜੁੱਧ ਚੜੇ, ਬਾਬੇ ਬਚਿੱਤਰ ਸਿੰਘ ਵਰਗਾ ਜੋਧਾ ਪੀਵੇ ਜੁੱਧ ਚੜੇ ਹਾਥੀ ਕੇ ਦਾਤ ਉਖਾੜਨ ਕੋ। ਉਹਦਾ ਹਾਥੀ ਦੰਦ ਪੁੱਟ ਸੁੱਟੇਗਾ। ਪਰ ਜੇ ਮੂਰਖ ਨੂੰ ਦਿਓਗੇ ਤੇ ਮੂਰਖਾਂ ਨੇ ਤੇ ਉਹੀ ਕੰਮ ਕਰਨਾ। ਇਸ ਕਰਕੇ ਇੱਥੇ ਲਿਖਿਆ ਵੀ ਜਿਹੜੇ ਉਹ ਸੂਰਮੇ ਸੀਗੇ ਉਹਨੂੰ ਭੰਗੀ ਕਹਿੰਦੇ ਸੀ, ਪਰ ਇਹਦੀ ਵੀ ਉਹ ਭੰਗ ਪੀ ਕੇ ਸੁੱਤੇ ਰਹਿੰਦੇ ਸੀ। ਉਹ ਦੇਖ ਛਾਕ ਕੇ ਥੋੜ੍ਹੀ ਜਿਹੀ ਪੰਜ ਪੱਤਿਆਂ ਵਾਲੀ ਸਵਾਈ ਦੀ ਆਪਣੀ ਸੁਰਤੀ ਬਿਰਤੀ ਜਬਾਣੀ 'ਚ ਜੰਗ 'ਚ ਰੱਖਦੇ ਸੀ। ਵਾਹਿਗੁਰੂ ਜੀ ਕੀ ਫਤਿਹ। ਆਪ ਗੁਰੂ ਸਾਹਿਬ ਨੇ ਗੁਰਕਲਗੀਧਰ ਪਾਤਸ਼ਾਹ ਜੀ ਨੇ ਦੁਸਹਿਰਾ ਮਹਾਤਮ ਆਪ ਗੁਰੂ ਸਾਹਿਬ ਨੇ ਆਪਣੇ ਖਾਲਸੇ ਪੰਥ ਨੂੰ ਬਖਸ਼ਿਆ ਹੈ, ਜਿਹਦੇ 'ਚ ਖਾਲਸੇ ਨੇ ਸ਼ਸਤਰਾਂ ਦੀ ਸੇਵਾ ਕਰਨੀ ਹੈ। ਅਤੇ ਜਿਹੜੀ ਜਿਹੜੀ ਮਹਾਰਾਜ ਨੇ ਦਿੱਤੀ ਮਰਿਆਦਾ ਹੈਗੀ ਹੈ ਦਸਮ ਸ਼੍ਰੀ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਚੋਣਵੀਆਂ ਬਾਣੀਆਂ ਦੇ ਪ੍ਰਸੰਗ ਮਹਾਰਾਜ ਨੇ ਖਾਲਸੇ ਨੂੰ ਦਿੱਤੇ ਨੇ ਪੜ੍ਹਨ ਵਾਸਤੇ। ਇਹ ਜੁਝਾਰੂ ਸਾਰੇ ਸਿੰਘ ਸੂਰਮੇ ਰਗੜੇ ਲਾ ਰਹੇ ਨੇ, ਧੂਣੀ ਦੀ ਸੇਵਾ 'ਤੇ ਬੈਠੇ ਨੇ। ਇਹ ਸਾਰੀ ਗੁਰੂ ਸਾਹਿਬ ਦੀ ਮਰਿਆਦਾ ਪੁਰਾਤਨ ਚੱਲੀ ਆਉਂਦੀ ਹੈ। ਅਤੇ ਖਾਲਸਾ ਦੀ ਇਹ ਮਰਿਆਦਾ ਮਹਾਰਾਜ ਨੇ ਅੱਸੂ ਦੇ ਪਹਿਲੇ ਨਵਰਾਤਰੇ ਤੋਂ ਲੈ ਕੇ ਦੁਸਹਿਰੇ ਤੱਕ ਦੀ ਇਹ ਸਾਰੀ ਮਰਿਆਦਾ ਹੈਗੀ ਹੈ ਮਹਾਰਾਜ ਨੇ ਆਪਣੇ ਪੰਥ ਖਾਲਸੇ ਨੂੰ ਦਿੱਤੀ ਹੈ। ਇਹਦੇ ਸ਼ਸਤਰ ਸੇਵਾ ਦਾ ਮਹਾਰਾਜ ਇਹ ਜੋ ਮੇਨ ਫੈਕਟ ਲੋਜੀਕਲ ਹੈਗਾ ਹੈ ਕਿ ਸਾਵਣ ਦੇ ਮਹੀਨੇ ਤੋਂ ਬਾਅਦ ਬਾਰਿਸ਼ਾਂ ਤੋਂ ਬਾਅਦ ਸ਼ਸਤਰਾਂ ਨੂੰ ਜੰਗਾਰ ਲਾ ਦਿੰਦਾ ਹੈ। ਅਤੇ ਫਿਰ ਮਹਾਰਾਜ ਨੇ ਤਖਰ ਕੇਸਗੜ੍ਹ ਸਾਹਿਬ ਦੇ ਉੱਤੇ ਸਿੰਘਾਂ ਨੂੰ ਹੁਕਮ ਲਾਇਆ ਕਿ ਸ਼ਸਤਰ ਪੂਜਾ ਕਰਨੀ ਹੈ ਦੁਸਹਿਰੇ 'ਤੇ, ਜਿਵੇਂ ਸਾਡੇ ਸਨਾਤਨੀ ਵੀਰ ਰਾਮਾਇਣ ਨਵਰਾਤਰੇ ਦੇਵੀਆਂ ਦੀ ਪੂਜਾ ਕਰਦੇ ਨੇ, ਫਿਰ ਆਪਣਾ ਰਾਮਲੀਲਾ ਦੇ ਨਾਟਕ ਕਰਦੇ ਨੇ। ਇਵੇਂ ਮਹਾਰਾਜ ਨੇ ਖਾਲਸੇ ਨੂੰ ਇਹਨਾਂ ਸਭ ਚੀਜ਼ਾਂ ਤੋਂ ਉਹਨਾਂ ਦੀ ਮਤ ਦੇ ਹਿਸਾਬ ਨਾਲ ਉਹਨਾਂ ਨੂੰ ਪ੍ਰਵਾਨ ਹੈ। ਅਤੇ ਮਹਾਰਾਜ ਨੇ ਖਾਲਸੇ ਨੂੰ ਸ਼ਸਤਰ ਪੂਜਾ ਦਿੱਤੀ ਹੈਗੀ ਹੈ ਕਿ ਖਾਲਸੇ ਨੇ ਸ਼ਸਤਰ ਪੂਜਾ ਕਰਨੀ ਹੈਗੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਮਿਸਲ ਮੰਗੀਆਂ ਨੂੰ ਭਾਵੇ ਸਤਿ ਸ੍ਰੀ ਅਕਾਲ ਸ਼ਮਸ਼ੇਰ ਬਹਾਦਰ ਜੀ ਸਭ ਖਾਣੇ ਸਮਾਜ।
ਲੰਗਰ ਪਾਣੀ ਛਕ ਲਿਆ ਜੀ, ਤੁਸੀਂ ਆਨੰਦ ਲੈ ਲਿਆ ਪੂਰਾ, ਅਤੇ ਹੁਣ ਜਾਣ ਲੱਗੇ ਹਾਂ ਅਸੀਂ ਘਰ, ਅਤੇ ਹੁਣ ਤੁਹਾਨੂੰ ਮਿਲਾਂਗੇ ਆਪਾਂ ਕੱਲ੍ਹ, ਠੀਕ ਹੈ ਜੀ, ਕੱਲ੍ਹ ਨਵੇਂ ਵਲੋਗ ਲੈ ਕੇ ਨਵੀਂ ਜਗ੍ਹਾ ਲੈ ਕੇ ਤੁਹਾਨੂੰ ਚੱਲਾਂਗੇ ਆਪਾਂ, ਅਤੇ ਅੱਜ ਦਾ ਵਲੋਗ ਇੱਥੇ ਹੀ ਫਤਿਹ ਹੈ ਜੀ, ਮਿਲਾਂਗੇ ਤੁਹਾਨੂੰ ਨੈਕਸਟ ਵਲੋਗ ਵਿੱਚ, ਅਤੇ ਵਲੋਗ ਅੱਛੇ ਲੱਗ ਰਹੇ ਹੋਣ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ, ਚੈਨਲ ਸਬਸਕ੍ਰਾਈਬ ਕਰ ਦਿਓ, ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।